हाथों को उठा के बोलो, एक लाइन बोलो, ये गवाही को मैं अपनी आत्मा से सुनूं, अपने आप में ग्रहण करूं। क्योंकि बाइबल कहती, जो कोई विश्वास से ग्रहण करेगा उसी का उद्धार होगा। तारीफ कर दो एक बार जोर से। मैं ये चाहता हूं इस टेस्टिमनी को सुनने से पहले हम इसकी वीडियो देखें, इसकी फर्स्ट वीडियो देखें, जहां पे कोई एक भाई जो एनजीओ चलाते हैं वो इसकी मदद के लिए पुकार कर रहे हैं, उस वीडियो को देखें। एक छोटा सा बच्चा देख रहे हो जी, तुसी इतनी उम्र है जी 15 साल, और ये रहने वाला है जी सरसे दा, और इन्हें जी माता हो गई सी, और माता तो बाद दे विच झाड़ा फूका लग सर पता है जी बाबे दे गोबिया दे को जान लग गया, ते उस तो बाद दे विच होंदी इन्हें हो गई जी माता, और माता तो बाद देखो जी हुणे ते अपने जख्मी हो गए ने, और तेन उदो मेरे पिछे एक फलकरा होया सी, उदो नाल सारे शरीर ते फलकरे हो गए, तो उदो बाद सारी स्किन उतर गई, ते चमड़ी हौली हौली उतरदी गई, ते सारे शरीर ते हो गई, सिर च हो गई, नाखून भी उतर गए, पैर ते हो गई, सारे थां ते हो गई। उदो बाद असी मेरी भूआ के आ गए, ते इत्थे रहे 1-2 महीने। ਉਹ ਤੋਂ ਬਾਅਦ ਸਾਨੂੰ ਕਿਸੇ ਪਰਮੇਸ਼ਵਰ ਦੇ ਦਾਸ ਨੇ ਦੱਸਿਆ ਕਿ ਤੂੰ ਲਿਖਿਆ ਕਿ ਤੇਰਾ ਤੂੰ ਖਾਣਾ ਬੰਦ ਪੀਣਾ ਬੰਦ ਕਰ ਦਿੱਤਾ ਸੀਗਾ। ਹਾਂਜੀ, ਖਾਣ ਕੀ ਕਰਦਾ ਸੀ ਤੂੰ? ਮੈਂ ਇਕੱਲਾ ਜੂਸ ਹੀ ਪੀਂਦਾ ਸੀ ਬਸ, ਚਮਚ ਨਾਲ ਥੋੜਾ ਥੋੜਾ ਕਰਕੇ। ਹਾਂਜੀ, ਕੌਣ ਆਪੇ ਪੀਂਦਾ ਸੀ? ਪਿਆਂਦਾ ਸੀ ਤੂੰ? ਪਿਆਂਦਾ ਸੀ ਮੇਰਾ ਭਰਾ ਪਾਉਂਦਾ ਸੀ। ਪਰ ਤੇਰੇ ਵਾਲ ਝੜ ਗਏ ਸੀ ਸਾਰੇ? ਹਾਂਜੀ, ਦੁਬਾਰਾ ਬੋਡੀ ਦਾ ਮਾਸ ਚਿਪਕ ਗਿਆ ਸੀ ਸਾਰਾ, ਨਾਖੂਨ ਸਾਰੇ ਨਿਕਲ ਗਏ ਸੀਗੇ। ਨਿਕਲ ਗਏ ਸਾਰੇ ਜੀ। ਤੇ ਕੱਪੜੇ ਨਹੀਂ ਸੀ ਪਾ ਸਕਦਾ? ਕੱਪੜੇ ਨਹੀਂ ਜਮੇ ਪਾਏ ਜੀ। ਕੱਪੜੇ ਨਹੀਂ ਸੀ ਡਾਲਦੇ ਆਪ? ਨਹੀਂ ਜੀ। ਇਨਕੀ ਇੱਕ ਨਹਿਲਾਣੇ ਵਾਲੀ ਫੋਟੋ ਦਿਖਾਣਾ ਵੋ, ਇਹ ਨਵਾਂਦਾ ਕੌਣ ਸੀ ਤੁਹਾਨੂੰ? ਇਹ ਮੇਰਾ ਭਰਾ ਸੀ। ਕੌਣ? ਸਕਾ ਭਰਾ? ਹਾਂਜੀ, ਵੱਡਾ ਭਰਾ ਮੇਰਾ। ਤੁਹਾਡਾ ਸਕਾ ਭਰਾ? ਹਾਂਜੀ। ਉਹਦਾ ਨਾਮ ਕੀ ਹੈ? ਰੂਪਚੰਦ ਜੀ। ਚੰਡੀਗੜ੍ਹ ਕਿਹੜੇ ਹਸਪੀਟਲ 'ਚ ਗਏ ਸੀਗੇ? PGI ਜੀ। ਕੀ ਕਿਹਾ ਉਹਨਾਂ ਨੇ ਤੁਹਾਨੂੰ? ਉਹਨਾਂ ਨੇ ਪਹਿਲਾਂ ਤਾਂ 1.5 ਲੱਖ ਰੁਪਏ ਦਾ ਇੱਕ ਟੀਕਾ ਲਾਉਣਾ ਸੀ। ਉਹ ਕਹਿੰਦੇ ਵੀ ਇਹ ਟੀਕਾ ਲਾਉਣ ਤੋਂ ਬਾਅਦ ਵੀ ਇਹਦੀ ਕੋਈ ਗਰੰਟੀ ਨਹੀਂ ਵੀ ਇਹ ਬਚ ਜੂਗਾ। ਕਿੰਨੇ ਲੱਖ ਦਾ ਟੀਕਾ ਸੀਗਾ ਉਹ? 1.25 ਲੱਖ ਦਾ ਜੀ। ਤੁਹਾਨੂੰ ਕੀ ਲੱਗਦਾ ਸੀਗਾ ਕਿ ਤੁਹਾਨੂੰ ਮੌਤ ਆ ਜਾਏ ਜਾਂ ਕੀ ਸੀਗਾ ਤੁਹਾਨੂੰ? ਮੈਨੂੰ ਇਹੀ ਸੀ ਕਿ ਮੈਂ ਮਰ ਜਾਂ ਬਸ। ਤੈਨੂੰ ਲੱਗਦਾ ਸੀ ਮੈਂ ਮਰ ਜਾਵਾਂ? ਹਾਂਜੀ। ਔਰ ਜਿਹੜੇ ਇਹ ਬ੍ਰਦਰ ਤੇਰੀ ਮਦਦ ਲਈ ਆਏ ਸੀਗੇ ਫਾਈਨੈਂਸ਼ੀਅਲੀ, ਕਿ ਲੋਕਾਂ ਨੂੰ ਕਹਿਣ ਲਈ ਮੇਰੀ ਮਦਦ ਕਰੋ, ਇਹ ਤੁਹਾਨੂੰ ਕਿੱਥੇ ਮਿਲੇ ਸੀਗੇ? ਇਹ ਮੇਰੀ ਭੂਆ ਦੇ ਘਰ ਕੋਲ ਰਹਿੰਦੀ ਸੀ। ਅੱਛਾ, ਭੂਆ ਦੇ ਘਰ ਦੇ ਕੋਲ ਰਹਿੰਦੇ ਸੀ, ਉਹਨਾਂ ਨੇ ਗੁਹਾਰ ਲਗਾਈ ਸੀ ਕਿ ਫਾਈਨੈਂਸ਼ੀਅਲੀ ਤੇਰੀ ਮਦਦ ਕਰੋ। ਹਾਂਜੀ, ਕਿਉਂਕਿ ਤੇਰਾ ਸਰੀਰ ਸਾਰਾ ਗਲ ਚੁੱਕਾ ਸੀਗਾ। ਹਾਂਜੀ। ਚਰਚ ਬਾਰੇ ਕੀ ਹੋਇਆ ਫਿਰ? ਚਰਚ ਬਾਰੇ ਕਿਵੇਂ ਪਤਾ ਲੱਗਾ ਤੈਨੂੰ? ਚਰਚ ਬਾਰੇ ਮੇਰੀ ਭੂਆ ਦੇ ਘਰ ਕੋਲ ਪੜੋਸੀ ਸੀ ਜੀ, ਉਹਨਾਂ ਨੇ ਮੈਨੂੰ ਦੇਖਿਆ, ਤੇ ਉਹ ਕਹਿੰਦੇ ਵੀ ਤੁਸੀਂ ਮੇਰੇ ਨਾਲ ਉਹ ਚਰਚ ਚਲੋ, ਜਲੰਧਰ ਚਰਚ, ਇੱਥੇ ਆਏ ਜੀ। ਕਿਹੜੀ ਕਿਹੜੀ ਜਗ੍ਹਾ ਦੇ ਪੜੋਸੀ? ਮੇਰੀ ਭੂਆ ਦੇ ਘਰ ਕੋਲ। ਕਿਹੜੀ ਜਗ੍ਹਾ ਤੁਸੀਂ ਰਹਿੰਦੇ? ਵੱਡੇ ਕੋਕੇ ਜੀ। ਉਹ ਕਿੱਥੇ ਹੈ? ਜਗਰਾਉਂ ਕੋਲ ਜੀ। ਜਗਰਾਉਂ ਕੋ? ਉੱਥੇ ਤੁਹਾਨੂੰ ਮਿਲਿਆ ਕੋਈ ਜਿਹਨੇ ਦੱਸਿਆ ਕਿ ਚਰਚ ਜਾਓ? ਹਾਂਜੀ। 14/4/2019 ਨੂੰ ਪਾਮ ਸੰਡੇ ਦੀ ਮੀਟਿੰਗ 'ਚ ਤੁਸੀਂ ਚਰਚ ਆਏ ਸੀਗੇ। ਹਾਂਜੀ। ਫਿਰ ਕੀ ਹੋਇਆ ਚਰਚ ਆਏ ਜਦੋਂ? ਚਰਚ ਆਏ, ਮੈਨੂੰ ਐਮਰਜੈਂਸੀ ਸੈਕਸ਼ਨ 'ਚ ਰੱਖਿਆ ਗਿਆ। ਐਮਰਜੈਂਸੀ ਸੈਕਸ਼ਨ 'ਚ? ਹਾਂਜੀ, ਜਿੱਥੇ ਬਿਮਾਰ ਬੈਠਦੇ ਹੈ। ਹਾਂਜੀ, ਤੁਹਾਨੂੰ ਉੱਥੇ ਰੱਖਿਆ ਗਿਆ? ਹਾਂਜੀ। ਉੱਥੇ ਮੈਨੂੰ ਓਇਲ ਲਾਇਆ ਗਿਆ। ਉਸ ਵੀਡੀਓ ਨੂੰ ਆਪਾਂ ਦੇਖਾਂਗੇ। ਖੜ ਜਾ ਖੜ ਜਾ।
ਮੱਖੀਆਂ ਵਾਲੇ ਹੁੰਦੀਆਂ ਨੇ ਉਹ ਲਾਲਾ ਪੱਖੀ ਜੀ ਧੱਕੇ ਨਾਲ ਵੜ ਜਾਣਗੀਆਂ ਮੱਖੀਆਂ ਜੀ ਉਹਦੇ ਅੰਦਰ ਵੜ ਗਈਆਂ ਮੱਖੀ ਚਲੋ ਬਸ ਜਦੋਂ ਐਮਰਜੈਂਸੀ ਸੈਕਸ਼ਨ ਤੇ ਬੈਠੇ ਤੁਹਾਡੇ ਤੇ ਆਇਲ ਦੇ ਨਾਲ ਪ੍ਰਾਰਥਨਾ ਹੋਈ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਅਸੀਂ ਅਗਲੇ ਦਿਨ ਘਰ ਚੱਲ ਗਏ ਤੋਂ ਉਹ ਤੋਂ ਬਾਅਦ 15-20 ਦਿਨਾਂ 'ਚ ਮੈਂ ਰਿਕਵਰ ਹੋਣ ਲੱਗ ਗਿਆ ਮੇਰੇ ਸਾਰੇ ਨਾਖੁਨ ਵਾਲ ਵੀ ਆ ਗਏ ਸਾਰੀ ਸਕਿਨ ਪੁੱਠੀ ਆ ਗਈ ना अपनी शर्ट उतार दे बेटा जूम जूम ये निशान बताते हैं कि खुदा ने क्या किया फेस पे जूम करो पीठ पे जूम करो सामने इसको इसका जाना इसका थैंक्स करना जरूरी है।